ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਸਪੈਸ਼ਲੀ ਅੱਜ ਆਇਆ ਵਾ ਮੈਂ ਲਾਈਵ। ਇਹ ਸਭ ਤੋਂ ਪਹਿਲਾਂ ਬਹੁਤ ਜ਼ਿਆਦਾ ਜ਼ਰੂਰੀ ਹੈਗਾ, ਜੋ 21 ਨੂੰ ਗਾਣਾ ਆ ਰਿਹਾ ਦੀਵਾਨਾ, ਸਾਰਿਆਂ ਨੂੰ ਪਤਾ ਹੀ ਆ, ਸਾਡੇ ਵਨ ਐਂਡ ਓਨਲੀ ਬੀਜੇ ਦਾ। ਅਤੇ ਸਾਰਿਆਂ ਨੇ ਦੱਬ ਕੇ ਸਪੋਰਟ ਕਰਨੀ, ਆਲਰੇਡੀ ਕਰ ਹੀ ਰਹੇ ਹੋ ਤੁਸੀਂ ਸਪੋਰਟ, ਪਿਛਲੇ ਗਾਣੇ ਨੂੰ ਵੀ ਬਹੁਤ ਪਿਆਰ ਦਿੱਤਾ। ਆਹ ਵੀ ਗਾਣਾ ਬਹੁਤ ਜ਼ਬਰਦਸਤ ਆ, ਬਹੁਤ ਹੀ ਘੈਂਟ ਗਾਣਾ, ਤੁਹਾਨੂੰ ਪਸੰਦ ਆਊਗਾ ਪੂਰਾ। ਅਤੇ 26 ਨੂੰ ਆ ਰਿਹਾ ਸੁਪਰ ਸਟਾਰ, ਅਤੇ ਉਹਨੂੰ ਵੀ ਤੁਸੀਂ ਬਹੁਤ ਆਲਰੇਡੀ ਪਿਆਰ ਦੇ ਰਹੇ ਹੋ, ਉਹਦੇ ਪੋਸਟਰ ਨੂੰ ਬਹੁਤ ਵਧੀਆ ਤੁਸੀਂ ਰਿਸਪੋਂਸ ਦਿੱਤਾ ਆ। ਸੋ ਜਲਦੀ ਹੀ ਜਲਦੀ ਆ ਰਹੇ ਆ ਗਾਣੇ, ਆ ਸਾਰੇ ਵਧੀਆ ਵਧੀਆ ਗਾਣੇ। ਐਮੀ ਬਾਈ ਦਾ ਕਿਸਮਤ ਬਹੁਤ ਸੋਹਣਾ ਗਾਣਾ ਆਇਆ ਪਿੱਛੇ, ਬਹੁਤ ਵਧੀਆ ਲੱਗਿਆ ਆ। ਮਨਿੰਦਰ ਬੁੱਟਰ ਦਾ ਗਾਣਾ ਆਉਣਾ ਆ ਉਸ ਤੋਂ ਬਾਅਦ, ਉਹ ਵੀ ਬਹੁਤ ਘੈਂਟ ਗਾਣਾ ਆ। ਸੋ ਬਟ ਅਜੇ ਜੋ ਜ਼ਰੂਰੀ ਨੇੜੇ ਨੇੜੇ ਆ, 21 ਨੂੰ ਹੈਗਾ ਜੀ, ਦੁਬਾਰਾ ਇੱਕ ਵਾਰ ਕਹਿ ਰਹੇ ਨਾ, ਬੀਜੇ ਦਾ ਗਾਣਾ ਆ ਰਿਹਾ 21 ਤਰੀਕ ਨੂੰ, ਠੀਕ ਹੈ ਜੀ, ਦੀਵਾਨਾ, ਅਤੇ ਉਸ ਤੋਂ ਬਾਅਦ ਆ ਰਿਹਾ ਸੁਪਰ ਸਟਾਰ 26 ਨੂੰ। ਦੱਬ ਕੇ ਸ਼ੇਅਰ ਕਰੋ, ਤੁਸੀਂ ਆਪਣੀਆਂ ਪੋਸਟ ਭੇਜੋ, ਕਿੱਦਾਂ ਵੀ ਤੁਸੀਂ ਸਪੈਸ਼ਲੀ ਸਪੈਸ਼ਲ ਵੇ ਦੇ ਵਿੱਚ ਉਹਨਾਂ ਨੂੰ ਪ੍ਰਮੋਟ ਕਰ ਸਕਦੇ ਹੋ, ਪ੍ਰੈਂਕ ਬਣਾਓ, ਜੋ ਵੀ ਮਤਲਬ ਤੁਸੀਂ ਵਧੀਆ ਤਰੀਕੇ ਨਾਲ ਕੁਛ ਵੀ ਕਰ ਸਕਦੇ ਹੋ ਤੁਸੀਂ ਭੇਜੋ, ਅਤੇ ਅਸੀਂ ਅਤੇ ਅਸੀਂ ਸਾਰੇ ਸ਼ੇਅਰ ਕਰਾਂਗੇ, ਅਤੇ ਆਪਣੀਆਂ ਸਟੋਰੀਜ਼ ਵਗੈਰਾ ਦੇ ਸ਼ੇਅਰ ਕਰਦੇ ਰਹਾਂਗੇ, ਅਤੇ ਬਾਕੀ ਚੀਜ਼ਾਂ ਨਾਲ ਤੁਹਾਨੂੰ ਅਪਡੇਟ ਕਰਦਾ ਰਹਾਂਗੇ। ਸੋ ਥੈਂਕ ਯੂ ਐਵਰੀਵਨ, ਕੀਪ ਲਵਿੰਗ, ਸ਼ੋਇੰਗ ਯੂਰ ਸਪੋਰਟ।